ਦੋ ਜੀ ਆ ਹੁਣ ਕਬੂਤਰਾਂ ਦੀ ਤਾਂ ਤੁਸੀਂ ਕੰਡੀਸ਼ਨ ਦੇਖ ਹੀ ਲਈ ਹੋਣੀ ਹੈ, ਠੀਕ ਹੈ। ਛੋਟੇ ਛੋਟੇ ਤਾਂ ਕਲਿੱਪ ਬਣਾਏ ਨੇ ਕਿ ਜ਼ਿਆਦਾ ਵੱਡੀ ਵੀਡੀਓ ਨਾ ਆਵੇ, ਠੀਕ ਹੈ। ਅਤੇ ਹੁਣ ਆ ਗਈ ਗੱਲ ਦਵਾਈਆਂ ਦੀ। ਸਭ ਤੋਂ ਪਹਿਲਾਂ ਜਿਸ ਭਰਾ 'ਤੇ ਵੀ ਕਬੂਤਰਾਂ ਨੂੰ ਵਾਇਰਸ ਆਵੇ, ਸਭ ਤੋਂ ਪਹਿਲਾਂ ਕੰਮ ਕਰੇ ਜੋ ਬਾਬਾ ਜੀ ਨੇ ਮੈਨੂੰ ਦੱਸਿਆ ਸੀ ਕਿ ਦਾਣਾ ਤੁਸੀਂ ਬਿਲਕੁਲ ਬੰਦ ਕਰ ਦੇਣਾ, ਕਬੂਤਰਾਂ ਨੂੰ ਦਾਣਾ ਨਹੀਂ ਪਾਉਣਾ, ਠੀਕ ਹੈ। ਅਤੇ ਸਭ ਤੋਂ ਪਹਿਲਾਂ ਜਾਣਾ ਤੁਸੀਂ ਜਾ ਕੇ ਲਿਆਉਣਾ ਇੱਕ ਨੋਵੀਡੇਟ ਸਿਰਪ ਅਤੇ ਇੱਕ ਫਲੈਜਲ ਸਿਰਪ, ਇਹ ਲਿਆ ਕੇ ਅਤੇ ਤੁਸੀਂ ਪਾਣੀ ਦੇ ਵਿੱਚ ਪਾਉਣਾ, ਕਬੂਤਰ ਪਾਣੀ ਪੀਣ, ਠੀਕ ਹੈ। ਫਿਰ ਜਾ ਕੇ ਇਹ ਇੱਕ ਕੱਪੜੇ ਧੋਣ ਵਾਲੀ ਬਲੀਚ, ਠੀਕ ਹੈ। ਇਹ ਸੇਬ ਦਾ ਸਿਰਕਾ, ਇਹ ਦੋ ਚੀਜ਼ਾਂ ਲਿਆਉਣੀਆਂ। 2 ਲੀਟਰ ਪਾਣੀ ਦੇ ਵਿੱਚ 2 ਸੀਸੀ ਸਿਰਕਾ, 2 ਸੀਸੀ ਇਹ ਬਲੀਚ, ਇਹ ਪਾ ਕੇ ਅਤੇ ਕਬੂਤਰਾਂ ਦੇ ਅੱਗੇ ਰੱਖ ਦੇਣੀ ਹੈ, ਕਬੂਤਰ ਪੀਂਦੇ ਰਹਿਣ। ਇਨਸ਼ਾਅੱਲਾ ਤਾਲਾ ਤੁਹਾਡੇ ਕਬੂਤਰਾਂ ਦੇ ਵਿੱਚ ਅਗਲੇ ਦਿਨ ਤੁਹਾਨੂੰ ਪਤਾ ਲੱਗ ਜਾਏਗਾ, ਦਾਣਾ ਖੋਣਗੇ, ਮੰਗਣਗੇ ਦਾਣਾ ਦੇਣਾ ਨਹੀਂ। ਹਲਕਾ ਫੁਲਕਾ ਬਸ ਜਿਹੜੇ 2-2, 4-4 ਦਾਣੇ ਉਹਨਾਂ ਦੀ ਪੋਟ 'ਚ ਹੋਣ, ਇਸ ਤੋਂ ਜ਼ਿਆਦਾ ਦਾਣਾ ਨਹੀਂ ਦੇਣਾ। ਅਲਹਮਦੁਲਿਲਾ ਤੁਹਾਡੇ ਕਬੂਤਰਾਂ ਦਾ ਵਾਇਰਸ ਖਤਮ ਹੋ ਜਾਏਗਾ, ਠੀਕ ਹੈ। ਮੈਂ ਤਾਂ ਜਿਹੜੇ ਹੋਰ ਸਾਰੇ ਚੀਜ਼ਾਂ ਸਨ, ਇਹ ਵੇਖੋ ਨਾ ਕਾੜੇ ਛਾੜੇ ਜੋ ਵੀ ਆ, ਵੇਖੋ ਮੈਂ ਸਭ ਰੋੜਨੇ ਲੱਗਾ, ਠੀਕ ਹੈ। ਇਹ ਰੋੜ ਤਾਂ ਜੀ ਕਬੂਤਰਾਂ ਦੀ ਕੰਡੀਸ਼ਨ ਤੁਸੀਂ ਵੇਖ ਹੀ ਲਈਏ, ਕਬੂਤਰ ਹੁਣ ਕੀ ਕਰਨ ਡੈਣ ਆ। ਉਹ ਕਬੂਤਰ ਜਿਹੜੇ ਹਿੱਲਦੇ ਹੀ ਨਹੀਂ ਸਨ, ਠੀਕ ਹੈ। ਇਹ ਵੇਖੋ ਹੁਣ ਕੀ ਕਰਦੇ ਪੈਣ।